ਸਤਿ ਸ਼੍ਰੀ ਅਕਾਲ ਫਰੈਂਡਸ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਯੂਟਿਊਬ ਚੈਨਲ ਮੀਤ ਅਕੈਡਮੀ ਦੇ ਉੱਤੇ। ਅੱਜ ਦੀ ਵੀਡੀਓ ਤੁਹਾਡੇ ਲਈ ਇੰਪੋਰਟੈਂਟ ਹੋਣ ਜਾ ਰਹੀ ਹੈ, ਕਿਉਂਕਿ ਅੱਜ ਮੈਂ ਤੁਹਾਡੇ ਲਈ ਅਲੱਗ ਅਲੱਗ ਨੋਟੀਫਿਕੇਸ਼ਨ ਲੈ ਕੇ ਆਈ ਹਾਂ, ਜਿਹੜੇ ਕਿ ਪੰਜਾਬ ਦੇ ਵਿੱਚ ਲੋਕਲ ਆਏ ਹੋਏ ਆ। ਕਿਸ ਤਰ੍ਹਾਂ ਤੁਸੀਂ ਅਪਲਾਈ ਕਰਨਾ, ਇਲੀਜੀਬਿਲਟੀ ਇਹਨਾਂ ਨੇ ਕੀ ਮੰਗੀ ਹੈ, ਮੈਂ ਤੁਹਾਨੂੰ ਸਾਰਾ ਬਰੀਫ ਦੇ ਵਿੱਚ ਦੱਸਾਂਗੀ। ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ 'ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ, ਮੀਤ ਅਕੈਡਮੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਔਰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਸਾਡੇ ਦੂਸਰੇ ਚੈਨਲ ਦਾ ਲਿੰਕ ਮਿਲ ਜਾਏਗਾ, ਪੰਜਾਬ ਜੀਓਵੀਟੀ ਜੋਬਸ ਚੈਨਲ ਨਾਮ ਤੋਂ। ਉੱਥੇ ਹਰਮਨ ਸਰ ਦੀ ਫੋਟੋ ਵੀ ਲੱਗੀ ਹੋਈ ਹੈ, ਉਹ ਸਾਡਾ ਆਫੀਸ਼ੀਅਲ ਚੈਨਲ ਹੈ। ਦੋਨੋਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ, ਕਿਉਂਕਿ ਨਵੀਆਂ ਵੈਕੈਂਸੀਆਂ ਪੰਜਾਬ ਦੇ ਵਿੱਚ ਹੋਰ ਆਈਆਂ ਹੋਈਆਂ ਆ, ਜਿੱਦਾਂ ਕਿ PSSSB PPSC ਦੀ ਆਈਆਂ ਹੋਈਆਂ ਆ। ਉਸ ਤੋਂ ਬਾਅਦ ਪਟਵਾਰੀ ਦੀ ਰਿਕਰੂਟਮੈਂਟ ਆ ਚੁੱਕੀ ਹੈ, ਜਿਹਦੇ ਵਿੱਚ ਕੋਈ ਵੀ ਐਕਸਪੀਰੀਅੰਸ ਨਹੀਂ ਮੰਗਿਆ ਗਿਆ, ਉਹਨੂੰ ਵੀ ਜ਼ਰੂਰ ਅਪਲਾਈ ਕਰੋ। ਉਹ ਵੀ ਮੈਂ ਆਪਣੇ ਆਫੀਸ਼ੀਅਲ ਸਾਈਟ, ਆਫੀਸ਼ੀਅਲ ਜਿਹੜਾ ਦੂਸਰਾ ਚੈਨਲ ਹੈ, ਉੱਥੇ ਅਪਲੋਡ ਕੀਤੀਆਂ ਹੋਈਆਂ ਵੀਡੀਓ ਸਾਰੀਆਂ, ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। ਉਹਨੂੰ ਜ਼ਰੂਰ ਸਬਸਕ੍ਰਾਈਬ ਕਰਨਾ, ਕਿਉਂਕਿ ਅੱਜ ਜਿਹੜੀਆਂ ਨਵੀਆਂ ਰਿਕਰੂਟਮੈਂਟ ਆਉਣਗੀਆਂ, ਇੱਕ ਦੋ ਜਿਹੜੀਆਂ ਵੀਡੀਓਜ਼ ਆ ਉੱਥੇ ਆਇਆ ਕਰਨਗੀਆਂ, ਇੱਕ ਦੋ ਇੱਥੇ ਆਇਆ ਕਰਨਗੀਆਂ, ਤਾਂ ਕਿ ਤੁਸੀਂ ਕੋਈ ਵੀ ਨੋਟੀਫਿਕੇਸ਼ਨ ਮਿਸ ਨਾ ਕਰ ਪਾਓ। ਤਾਂ ਉੱਥੇ ਹੁਣੇ ਜਾਓ, ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਇਸ ਚੈਨਲ ਦੇ ਹੋਮ ਪੇਜ 'ਤੇ ਵੀ ਤੁਹਾਨੂੰ ਉਸਦਾ ਲਿੰਕ ਮਿਲ ਜਾਏਗਾ, ਪੰਜਾਬ ਜੀਓਵੀਟੀ ਜੋਬਸ ਚੈਨਲ ਨਾਮ ਲਿਖਿਆ ਹੋਇਆ, ਠੀਕ ਹੈ। ਫਿਲਹਾਲ ਆਪਾਂ ਗੱਲ ਕਰਾਂਗੇ ਕਿਹੜੀ ਰਿਕਰੂਟਮੈਂਟ ਆਈ ਹੋਈ ਹੈ। ਪਹਿਲਾਂ ਜਿਹੜਾ ਨੋਟੀਫਿਕੇਸ਼ਨ ਆਇਆ ਹੋਇਆ ਆ, ਇਹਦੇ ਵਿੱਚ ਜਿਹੜੀ ਰਿਕਰੂਟਮੈਂਟ ਆ ਉਹ ਸਿਕਿਉਰਿਟੀ ਗਾਰਡ ਦੀ ਜ਼ਰੂਰਤ ਹੈ, ਠੀਕ ਹੈ। ਇਹ ਜਿਹੜੀ ਆ ਰਿਕਰੂਟਮੈਂਟ ਆਈ ਹੈ, ਅਜੀਤ ਸਮਾਚਾਰ ਪੰਜਾਬ ਦੇ ਵੱਲੋਂ ਆਈ ਹੋਈ ਹੈ। ਇਹਨਾਂ ਨੂੰ ਜਲੰਧਰ ਦੇ ਵਿੱਚ ਜਿਹੜਾ ਇਹਨਾਂ ਦਾ ਆਫਿਸ ਹੈ, ਅਤੇ ਮੋਹਾਲੀ ਪ੍ਰੈਸ ਦੇ ਵਿੱਚ ਇਹਨਾਂ ਨੂੰ ਸਿਕਿਉਰਿਟੀ ਗਾਰਡ ਦੀ ਜ਼ਰੂਰਤ ਹੈ, ਜਿਹੜਾ ਕਿ +2 ਪਾਸ ਹੋਵੇ ਘੱਟੋ ਘੱਟ, ਔਰ ਥੋੜ੍ਹਾ ਬਹੁਤ ਜੇ ਐਕਸਪੀਰੀਅੰਸ ਹੈ, ਠੀਕ ਹੈ। ਔਰ ਲੋਕਲ ਕੈਂਡੀਡੇਟ ਅਪਲਾਈ ਕਰ ਸਕਦੇ ਆ ਜਲੰਧਰ ਦੇ ਲਈ ਔਰ ਮੋਹਾਲੀ ਵਾਸਤੇ, ਜਿਹੜੇ ਤੁਹਾਨੂੰ ਪਤਾ ਮੋਹਾਲੀ ਦੇ ਵਿੱਚ ਵੈਸੇ ਵੀ ਪੰਜਾਬ ਤੋਂ ਕਾਫੀ ਕੈਂਡੀਡੇਟਸ ਆ ਕੇ ਰਹਿ ਰਹੇ ਆ, ਜੇ ਇੰਟਰਸਟਿਡ ਆ ਉਹ ਵੀ ਇੱਥੇ ਜਾ ਕੇ ਅਪਲਾਈ ਕਰ ਸਕਦੇ ਆ। ਜਿਹੜਾ ਤੁਸੀਂ ਆਪਣਾ ਬਾਇਓਡੇਟਾ ਆ, ਉਹਨਾਂ ਨੇ ਕਿਹਾ ਕਿ 7 ਦਿਨ ਦੇ ਅੰਦਰ ਅੰਦਰ ਤੁਸੀਂ ਇਹਨਾਂ ਦੀ ਆ ਜਿਹੜੀ ਮੇਲ ਆਈਡੀ ਆ, ajeet@jalandhar.com, ਇਹ ਮੈਂ ਤੁਹਾਨੂੰ ਲਿੰਕ ਵੀ ਦੇਵਾਂਗੀ, ਤੁਸੀਂ ਸਾਰਾ ਨੋਟੀਫਿਕੇਸ਼ਨ ਨੂੰ ਪੜ੍ਹ ਲੈਣਾ, ਠੀਕ ਹੈ। ਜੇ ਤੁਸੀਂ ਇੰਟਰਸਟਿਡ ਆ ਇਹਦੇ ਲਈ ਅਪਲਾਈ ਕਰ ਲਓ। ਦੂਸਰਾ ਜਿਹੜਾ ਨੋਟੀਫਿਕੇਸ਼ਨ ਆਇਆ ਉਹਦੀ ਗੱਲ ਕਰ ਲੈਂਦੇ, ਉਹ ਆਇਆ ਟੀਚਿੰਗ ਦੇ ਲਈ। ਦੂਸਰਾ ਨੋਟੀਫਿਕੇਸ਼ਨ ਤੁਸੀਂ ਦੇਖ ਸਕਦੇ ਆ, ਇਹ ਆਇਆ ਵਾ ਟੀਚਿੰਗ ਦੇ ਲਈ, ਜਿਹਦੇ ਵਿੱਚ ਵਾਕ ਇਨ ਇੰਟਰਵਿਊ ਆ ਸਿੱਧੀ, ਠੀਕ ਹੈ। ਕਾਹਦੀ ਪੋਸਟ ਹੈ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਪੰਜਾਬੀ ਟੀਚਰ ਦੀ ਆ ਇੱਕ ਪੋਸਟ, ਅੰਗਰੇਜ਼ੀ ਦੇ ਲਈ ਆ ਯਾਨੀ ਇੰਗਲਿਸ਼ ਦੇ ਲਈ ਆ, ਠੀਕ ਹੈ। ਔਰ ਇਹਦੇ ਵਿੱਚ ਇਹਨਾਂ ਨੇ ਦੱਸਿਆ ਹੋਇਆ PTA ਵਿੱਚ ਔਰ ਅਲੱਗ ਅਲੱਗ, ਮਤਲਬ ਇਹਨਾਂ ਨੇ ਵੈਕੈਂਸੀਆਂ ਦੱਸੀਆਂ ਹੋਈਆਂ, ਹਾਇਰ ਐਜੂਕੇਸ਼ਨ ਇੰਸਟੀਟਿਊਟ ਦੇ ਅਧੀਨ ਜਿਹੜੀਆਂ ਵੈਕੈਂਸੀ ਆ ਉਹ ਪੰਜਾਬੀ ਇੰਗਲਿਸ਼ ਦੇ ਲਈ ਹੈ, ਉਸ ਤੋਂ ਬਾਅਦ ਅੰਗਰੇਜ਼ੀ, ਹੋਮ ਸਾਇੰਸ ਦੇ ਲਈ ਹੈ, ਭੂਗੋਲ ਯਾਨੀ ਸੋਸ਼ਲ ਸਟੱਡੀ ਦੇ ਲਈ ਹੈ, ਠੀਕ ਹੈ। ਇੰਟਰਵਿਊ ਦੀ ਜਿਹੜੀ ਡੇਟ ਆ ਉਹ 31 ਜਨਵਰੀ 2020 ਨੂੰ ਆ, ਠੀਕ ਹੈ। ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੁਸੀਂ ਜਿਹੜਾ ਇਹਨਾਂ ਦੇ ਆਫਿਸ ਪਹੁੰਚਣਾ ਆ, ਮਤਲਬ ਇਹਨਾਂ ਦਾ ਐਡਰੈਸ ਜਿਹੜਾ ਸਰਕਾਰੀ ਕਾਲਜ ਡੇਰਾ ਬੱਸੀ SAS ਨਗਰ, ਗੈਸਟ ਫੈਕਲਟੀ ਦੇ ਲਈ ਇੰਟਰਵਿਊ ਆ, ਠੀਕ ਹੈ। ਇਹ ਲੋਕਲ ਵੈਕੈਂਸੀ ਸੀਗੇ ਜਿਹੜੀ ਮੈਂ ਤੁਹਾਨੂੰ ਦੱਸੀਆਂ, ਨੋਟੀਫਿਕੇਸ਼ਨ ਜ਼ਰੂਰ ਪੜ੍ਹ ਲਿਓ। ਇਸ ਤੋਂ ਇਲਾਵਾ ਵੀ ਵੈਕੈਂਸੀਆਂ ਆ, ਠੀਕ ਹੈ, ਉਹ ਚੈਨਲ ਨੂੰ ਪਹਿਲਾਂ ਜਾ ਕੇ ਹੁਣੇ ਜ਼ਰੂਰ ਸਬਸਕ੍ਰਾਈਬ ਕਰ ਲਵੋ, ਕਿਉਂਕਿ ਜਿਹੜੀਆਂ ਵੈਕੈਂਸੀ ਸ਼ਾਮ ਨੂੰ ਆਉਣੀਆਂ ਮੈਂ ਉੱਥੇ ਹੀ ਅਪਲੋਡ ਕਰਾਂਗੇ, ਠੀਕ ਹੈ। ਦੋਨੋਂ ਚੈਨਲ ਨੂੰ ਹਮੇਸ਼ਾ ਜ਼ਰੂਰ ਸਬਸਕ੍ਰਾਈਬ ਰੱਖਿਓ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਥੈਂਕ ਯੂ, ਥੈਂਕਸ ਫੋਰ ਵਾਚਿੰਗ।